ਸ਼ਹਿਰ ਅਰਨੀ ਵਾਲਾ ਦੇ ਵਿੱਚ ਰਕਵਾ ਚਾਲਾ ਪਿੰਡ ਪੈਂਦਾ ਨਾਲ ਇਹਦੇ, ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਏ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਵੀ ਹੋਏ ਉੱਥੇ। ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਅਤੇ ਕ੍ਰਿਸ਼ਨ, ਇਹ ਦੋ ਮੁੰਡਿਆਂ ਦੀ ਆਪਸ ਦੀ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ, ਫਰੈਂਡਸ਼ਿਪ ਦੇ ਸੰਬੰਧ ਵਿੱਚ ਇਹਨਾਂ ਦਾ ਜਵਾਨੀ ਤੌਰ 'ਤੇ ਪਹਿਲਾਂ ਝਗੜਾ ਹੋਇਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਕੇ ਅਰਨੀਵਾਲਾ ਵਾਲੀ ਸਾਈਡ 'ਤੇ, ਅਤੇ ਉੱਥੇ ਵੀ ਉਹਨਾਂ ਨੇ ਬੁਲਟਬਾਜ਼ੀ ਅਤੇ ਬਦਮਾਸ਼ੀ ਕਰੀ। ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ 'ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਅਤੇ FIR ਰਜਿਸਟਰ ਕੀਤੀ ਗਈ। FIR ਨੰਬਰ 66 ਅਤੇ FIR ਨੰਬਰ 65 2024 ਪੁਲਿਸ ਸਟੇਸ਼ਨ ਅਰਨੀਵਾਲਾ ਦੀ FIR ਰਜਿਸਟਰ ਹੋਈ ਅੰਡਰ ਸੈਕਸ਼ਨ 307 323 324 336 160 IPC 148 149 ਅਤੇ 2549 ਆਰਮਸ ਐਕਟ ਦੇ ਵਿੱਚ FIR ਰਜਿਸਟਰ ਹੋਈ ਹੈ। ਇਹਦੇ ਵਿੱਚ ਜਿਹੜੇ ਮੁਕੱਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ, ਸਾਜਨਪ੍ਰੀਤ, ਕੁਲਦੀਪ ਸਿੰਘ, ਸਨੀ ਰਤਨਪੁਰੀਆ, ਪ੍ਰਿਤਪਾਲ ਸਿੰਘ, ਸੁਖਪਾਲ ਸਿੰਘ, ਬਲਜੀਤ ਸਿੰਘ, ਹੈਪੀ ਸਿੰਘ, ਪ੍ਰਕਾਸ਼ ਸਿੰਘ ਅੰਗਰੇਜ਼, ਕਰਨ ਸਾਗਰ ਸਾਜਨ, ਕਰਨ ਸਿੰਘ ਦੂਸਰੇ ਕਰਨ ਸਿੰਘ, ਸੋਨੂ ਸਿੰਘ। ਇਹ ਕੁੱਲ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ। ਦੂਸਰੇ ਸਾਈਡ 'ਤੇ ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਵਿਜੇ ਸਿੰਘ, ਕਲਵਿੰਦਰ ਸਿੰਘ, ਸਾਈਂ, ਅਮਨਦੀਪ ਸਿੰਘ, ਰਾਹੁਲ ਪੱਲਾ, ਕ੍ਰਿਸ਼ਨ, ਰਾਜੂ ਕੱਟਾ, ਗੁਰਪ੍ਰੀਤ ਸਿੰਘ, ਦੋ ਗੁਰਪ੍ਰੀਤ ਸਿੰਘ ਨੇ। ਇਹ ਟੋਟਲ 12 ਦੋਸ਼ੀ ਹੈਗੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚੋਂ ਕੁੱਲ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਕਰਨ ਸਿੰਘ ਅਤੇ ਸਾਜਨਪ੍ਰੀਤ ਨੂੰ 19 ਤਰੀਕ ਨੂੰ ਨਾਲ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ, ਅਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ, ਕਾਪੇ ਸੀਗੇ ਜਿਹੜੇ ਉਹ ਰਿਕਵਰ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਦੇ ਕੋਲ ਕਥਿਤ ਤੌਰ 'ਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਚੌਥੇ ਮੌਕੇ 'ਤੇ ਫਾਇਰ ਹੋਏ ਸੀਗੇ। ਉਹ ਦੋਸ਼ੀ ਅਜੇ ਭੱਜੇ ਹੋਏ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ। ਇਹਨਾਂ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ, ਵਿਜੇ ਸਿੰਘ ਅਤੇ ਤਲਵਿੰਦਰ। ਇਹ ਦੋਸ਼ੀ 20 ਤਰੀਕ ਨੂੰ ਜਿਹੜੇ ਹੈਗੇ ਨੇ ਗ੍ਰਿਫਤਾਰ ਹੋਏ ਨੇ। ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨਸ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ। ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ FIR ਰਜਿਸਟਰ ਕਰਕੇ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਇੱਦਾਂ ਦੀ ਹੁੱਲੜਬਾਜ਼ੀ ਕਰਨਗੇ, ਇਹਨਾਂ ਦੇ ਵਿੱਚੋਂ ਕਈਆਂ ਦੇ ਡੋਪ ਟੈਸਟ ਵੀ ਪੋਜ਼ਿਟਿਵ ਆਏ ਨੇ, ਜਿਹੜੇ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ, ਪੁਲਿਸ ਵੱਲੋਂ ਅਤੇ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ਼ 0 ਟੋਲਰੈਂਸ ਹੈ, ਬਿਲਕੁਲ ਬਖਸ਼ਿਆ ਨਹੀਂ ਜਾਊਗਾ। ਲਾਅ ਤਾਂ ਇਹਨਾਂ ਦੇ ਖਿਲਾਫ਼ ਸਖ਼ਤ ਹੈਗਾ ਹੀ ਹੈ, ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ਼ ਕੋਈ ਵੀ ਟੋਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਜਾਊਗੀ। ਇੱਕ ਸਨੀ ਰਤਨਪੁਰੀਆ ਅਤੇ ਕ੍ਰਿਸ਼ਨ, ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ, ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਨਾਂ ਦੀ ਕੋਈ ਆਪਸੀ ਪਰਸਨਲ ਰੰਜੀ ਸੀਗੀ, ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ। ਏਜ ਤਕਰੀਬਨ 22 ਤੋਂ ਲੈ ਕੇ 27 ਸਾਲ ਦੀ ਏਜ ਹੈ। ਇਹ ਅਲੱਗ ਅਲੱਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਨੇ, ਜਿਵੇਂ ਕਿ ਸਨੀ ਰਤਨਪੁਰੀਆ ਵਾਸੀ ਝੋਟੀਆਂ ਦਾ ਰਹਿਣ ਵਾਲਾ, ਝੋਟੀਆਂ ਪਿੰਡ ਦਾ ਰਹਿਣ ਵਾਲਾ, ਅਰਨੀਵਾਲਾ ਦੇ ਨੇੜੇ। ਹੈਪੀ ਸਿੰਘ ਚਾਹਲਾ ਵਾਲੀ ਦਾ ਰਹਿਣ ਵਾਲਾ, ਪ੍ਰਕਾਸ਼ ਸਿੰਘ ਘੱਟੀਆਂ ਵਾਲੀ ਦਾ ਰਹਿਣ ਵਾਲਾ, ਕਰਨ ਸਿੰਘ ਅਰਨੀਵਾਲਾ ਸ਼ਹਿਰ ਦਾ ਰਹਿਣ ਵਾਲਾ, ਜਸਵੀਰ ਸਿੰਘ ਅਰਨੀਵਾਲਾ ਦਾ, ਕਰਨ ਸਾਗਰ ਵੀ ਅਰਨੀਵਾਲਾ ਦਾ, ਸਾਜਨ
ਵਾਸੀ ਝੋਟੀਆ ਦਾ, ਕਰਨ ਸਿੰਘ ਵਾਸੀ ਚੱਕਰੇਵਾਲਾ ਦਾ, ਇਸ ਤਰੀਕੇ ਨਾਲ ਸਾਰੇ ਨੇੜੇ ਕੋਲ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵੈਪਨ ਨਜਾਇਜ਼ ਵੈਪਨ ਦੋ ਜਿਹੜੇ ਇਹਨਾਂ ਨੇ ਯੂਜ਼ ਕਰੇ ਨੇ, ਬਟ ਇਹ ਕਿੱਥੋਂ ਪ੍ਰੋਵਾਈਡ ਹੋਏ ਸੀ ਉਦੋਂ ਪਤਾ ਲੱਗੂ ਜਦੋਂ ਵੈਪਨ ਰਿਕਵਰ ਹੋ ਜਾਣਗੇ ਇਹਨਾਂ ਵੱਲੋਂ। ਦੋਸ਼ੀ ਜਿਹਦੇ ਕੋਲ ਵੈਪਨ ਸੀ ਉਹ ਅਜੇ ਫਰਾਰ ਨੇ, ਦਰਜ ਨੇ, ਗਿਰੋਹ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੀਂ ਏਜ ਦੇ ਬੰਦੇ ਨੇ, ਗੈਂਗਸਟਰ ਲਿਸਟਡ ਨਹੀਂ ਹੈਗੇ, ਲੇਕਿਨ ਇਹਨਾਂ ਦੇ ਖਿਲਾਫ਼ ਕਈਆਂ ਦੇ ਖਿਲਾਫ਼ ਦੋ ਮੁਕੱਦਮੇ ਨੇ, ਇਹਨਾਂ ਦੇ ਵਿੱਚੋਂ ਇੱਕ ਸਤਨਾਮ ਸਿੰਘ ਉਹਦੇ ਖਿਲਾਫ਼ ਚਾਰ ਮੁਕੱਦਮੇ ਦਰਜ ਨੇ, ਇਹਨਾਂ ਦੇ ਖਿਲਾਫ਼ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ਼ ਪੰਜ ਮੁਕੱਦਮੇ ਦਰਜ ਨੇ। ਇਸੇ ਤਰੀਕੇ ਨਾਲ ਪੰਜ ਪੰਜ ਦੋ ਮੁਕੱਦਮੇ ਕਿਸੇ ਦੇ ਖਿਲਾਫ਼, ਇੱਕ ਮੁਕੱਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕੱਦਮੇ ਇਹਨਾਂ ਦੇ ਖਿਲਾਫ਼ ਦਰਜ ਨੇ। ਇਹਨਾਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੇ ਖਿਲਾਫ਼ NDPS ਦੇ ਨਸ਼ੇ ਦੇ ਮੁਕੱਦਮੇ ਵੀ ਦਰਜ ਨੇ। ਉਸ ਐਂਗਲ 'ਤੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ 'ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਣ ਦੇ ਆਦੀ ਨੇ ਜਾਂ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ, ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕੰਟੀਨਿਊ ਕਰਦੀ। ਡੋਪ ਟੈਸਟ ਪੋਜ਼ਿਟਿਵ ਆਇਆ ਪਰ ਕੀ ਲਗਾਉਂਦੇ ਸੀਗੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉਂਦੇ। ਲੜਾਈ ਸਟਾਰਟ ਹੋਈ ਹੈ ਚਾਲਾ ਪਿੰਡ ਦੇ ਵਿੱਚ, ਫਿਰ ਉਸ ਤੋਂ ਬਾਅਦ ਕੰਟੀਨਿਊ ਹੋਈ ਅਰਨੀਵਾਲਾ ਦੇ ਏਰੀਆ 'ਚ। ਲੜਾਈ ਦੋਨਾਂ ਧਿਰਾਂ ਦੀ ਆਪਸ 'ਚ ਹੋਈ ਹੈ ਪਰ ਗੋਲੀ ਇੱਕ ਧਿਰ ਵੱਲੋਂ ਚਲਾਈ ਗਈ ਹੈ। ਇਹ ਟੋਟਲ ਤਿੰਨ ਫਾਇਰ ਸਾਹਮਣੇ ਆਏ ਜਿਹੜੇ ਤਿੰਨ ਫਾਇਰ ਹੋਏ। ਪੱਟ ਦੇ ਵਿੱਚ ਜਿਹੜੀ ਗੋਲੀ ਵੱਜੀ ਹੈ ਉਹ ਉਹਨਾਂ ਦੀ ਸਟੇਟਮੈਂਟ ਨਹੀਂ ਹੋਈ, ਪੁਲਿਸ ਵੱਲੋਂ ਵੀ FIR ਰਜਿਸਟਰ ਹੋ ਗਈ। ਮਾਈਨਰ ਕੈਜੂਅਲਿਟੀਜ਼ ਹੈਗੇ ਨੇ, 370 FIR ਰਜਿਸਟਰ ਹੋ ਗਈ।